ਤੁਸੀਂ ਦੇਖ ਰਹੇ ਹੋ ਜੀ APN ਨਿਊਜ਼। ਇਹ ਜਿਹੜੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪੰਜਾਬ ਦੇ ਅਨੰਦਪੁਰ ਸਾਈਡ ਦੀ ਹੈ, ਜਿੱਥੇ 4.5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰਿਐਲਿਟੀ ਵਾਲੇ ਕ੍ਰੈਸ਼ਰ ਵਾਲਿਆਂ ਤੋਂ ਲੈਂਦੇ ਹੋਏ ਨਜ਼ਰ ਆਏ, ਜਿਸ ਕਾਰਨ ਕ੍ਰੈਸ਼ਰ ਵਾਲੇ ਹੋ ਰਹੇ ਨੇ ਇਹਨਾਂ ਤੋਂ ਪਰੇਸ਼ਾਨ, ਕਿਉਂਕਿ ਇਹ ਹਰ ਵਾਰ 4.5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਇਹਨਾਂ ਤੋਂ ਲੈ ਕੇ ਜਾਂਦੇ ਨੇ। ਐਨ ਮੌਕੇ 'ਤੇ APN ਨਿਊਜ਼ ਦੀ ਟੀਮ ਜਦੋਂ ਉੱਥੇ ਪਹੁੰਚੀ ਅਤੇ ਉਹਨਾਂ ਨੇ ਰਿਐਲਿਟੀ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋਂ ਦੀ 9 ਤੋਂ 11 ਹੋ ਗਏ। ਉੱਥੇ ਮੌਜੂਦ ਕ੍ਰੈਸ਼ਰ ਵਾਲਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ, ਅਨੰਦਪੁਰ ਸਾਹਿਬ ਤੋਂ ਲਖਵੀਰ ਕੁਮਾਰ ਦੀ ਵਿਸ਼ੇਸ਼ ਰਿਪੋਰਟ, ਪੰਜਾਬ ਦੀ ਹਰ ਇੱਕ ਖਬਰ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ, APN ਦੇ ਵਿੱਚ ਤੁਹਾਡਾ ਸਵਾਗਤ ਹੈ, ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ। ਇਸ ਟਾਈਮ ਦੀਆਂ ਜਿਹੜੀਆਂ ਤੁਸੀਂ ਤਸਵੀਰਾਂ ਸਾਡੇ ਚੈਨਲ ਦੇ ਰਾਹੀਂ ਦੇਖ ਰਹੇ ਹੋ, ਬਿਲਕੁਲ ਅਨੰਦਪੁਰ ਸਾਹਿਬ ਦੀਆਂ ਤਸਵੀਰਾਂ, ਜਿੱਥੇ ਕਿ ਆਪਾਂ ਕ੍ਰੈਸ਼ਰਾਂ ਦੀ ਗੱਲ ਕਰ ਲਈਏ। ਕ੍ਰੈਸ਼ਰਾਂ ਵਾਲੇ ਦਿਨ ਪ੍ਰਤੀ ਦਿਨ ਜਿਹੜੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ, ਕਿਉਂਕਿ ਇਹ ਪਰੇਸ਼ਾਨੀ ਦਾ ਕਾਰਨ ਕੀ ਹੈ, ਰੋਇਲਟੀ। ਪੰਜਾਬ ਦੇ ਵਿੱਚ ਰੋਇਲਟੀ ਜਿਹੜੀ ਹੈ 4.25-4.5 ਰੁਪਏ ਜਿਹੜੀ ਪ੍ਰਤੀ ਫੁੱਟ ਜਿਹੜੀ ਹੈ ਕ੍ਰੈਸ਼ਰਾਂ ਵਾਲੇ ਨੂੰ ਪੈ ਰਹੀ ਹੈ। ਕੀ ਗੱਲ, ਇੱਥੇ ਜਿਹੜੀ ਸਾਡੀ ਸਰਕਾਰ ਹੈ ਨਿਕੰਮੀ ਸਰਕਾਰ ਪੰਜਾਬ ਦੀ, ਜਿਵੇਂ ਚਰਨਜੀਤ ਚੰਨੀ ਜੀ ਜਿਹੜੇ ਹੈਗੇ ਆ ਉਹਨਾਂ ਦੀ ਗੱਲਬਾਤ ਕਰ ਲਈ ਆਪਾਂ, ਜਿਵੇਂ ਨਵੇਂ ਮੁੱਖ ਮੰਤਰੀ ਬਣੇ ਆ, ਰੋਇਲਟੀ ਮਾਫ਼ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ, ਲੇਕਿਨ ਇੱਥੇ ਫਿਰ ਵੀ ਸਾਡੇ ਜਿਹੜੇ ਕ੍ਰੈਸ਼ਰਾਂ ਵਾਲੇ ਲੋਕ ਨੇ ਬਹੁਤ ਤੰਗ ਪਰੇਸ਼ਾਨ ਹੈ। ਸੜਕਾਂ ਦੇ ਹਾਲਾਤ ਦੇਖ ਸਕਦੇ ਹੋ, ਆਪਾਂ ਇੱਥੇ ਵੀਰ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਕੀ ਨਹੀਂ ਕਹਿਣਾ। ਭਾਅ ਜੀ ਕੀ ਨਾਮ ਹੈ ਆਪਣਾ? ਅਕਸ਼ਰ ਰਾਣਾ ਜੀ। ਤੁਸੀਂ ਕ੍ਰੈਸ਼ਰ ਦੇ ਤੋਂ ਕੀ ਲੈਣਾ, ਬਜਰੀ ਲੈਣਾ ਹੈ? ਹਾਂਜੀ। ਭਾਅ ਜੀ ਜਿਹੜੀ ਰੋਇਲਟੀ ਹੈ ਤੁਹਾਨੂੰ ਕਿੰਨੀ ਪੈ ਰਹੀ ਹੈ? ਰਿਐਲਟੀ ਟਰਾਲੀ ਵਾਲਿਆਂ ਨੂੰ ਤਾਂ ਜੀ ਪੈਂਦੀ ਹੈ ਜੀ ਰਿਐਲਟੀ। ਜਿਵੇਂ ਕ੍ਰੈਸ਼ਰਾਂ ਵਾਲਿਆਂ ਦਾ ਕਹਿਣਾ ਆ ਕਿ 4.5 ਰੁਪਏ ਫੁੱਟ ਪ੍ਰਤੀ ਫੁੱਟ ਲੈ ਰਹੇ ਹੈ ਮਾਫੀਆ ਵਾਲੇ। ਹਾਂਜੀ। ਲੇਕਿਨ ਇਹ ਜਿਵੇਂ ਕਿ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਜਿਹੜੀ ਮਹਿੰਗਾਈ ਹੁੰਦੀ ਜਾਂਦੀ ਹੈ, ਬਹੁਤ ਹੈ ਜੀ। ਉੱਦਾਂ ਦੇਖੋ ਰੇਤ ਦਾ ਰੇਟ ਹੈਗਾ 4 ਰੁਪਏ, ਸਰਕਾਰ ਨੇ ਆਪਣੀ 5 ਰੁਪਏ ਉਹ ਕਰਤਾ ਵਾ ਰੇਟ ਜੀ। ਹਾਂਜੀ, ਇੱਥੇ ਦਿੰਦੇ ਨਹੀਂ ਪਏ ਜੀ ਰੇਤਾ, ਸਾਰਿਆਂ ਨੇ ਪਲਾਟ ਬੰਦ ਕਰਤੇ ਜੀ ਜੀ। ਉਹਦੇ ਵਿੱਚ ਤੁਹਾਨੂੰ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਰਿਐਲਟੀ ਬੰਦ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਰਿਐਲਟੀ ਬੰਦ ਹੋਣੀ ਚਾਹੀਦੀ, ਅਤੇ ਜਿਹੜੇ ਸਰਕਾਰ ਨੇ ਹੁਕਮ ਕੀਤਾ ਵਾ ਰੇਤੇ ਦਾ ਜੀ, ਵੀ 4 ਰੁਪਏ ਫੁੱਟ 5 ਰੁਪਏ ਫੁੱਟ ਜੀ ਜੀ, ਇਹ ਵੇਚਦੇ ਹੀ ਨਹੀਂ ਹੈ, ਕਹਿੰਦੇ ਸਾਡਾ ਮਾਲ ਹੈ ਅਸੀਂ ਮਹਿੰਗੇ 'ਚ ਵੇਚਾਂਗੇ ਜੀ ਜੀ। ਇਹ ਗੁੰਡਾ ਰਾਜੇ ਹੋ ਗਿਆ ਜੀ ਇੱਕ ਤਰ੍ਹਾਂ ਜੀ ਜੀ। ਬਸ ਤੁਸੀਂ ਪੁੱਛੋ ਨਾ ਜੀ, ਇੰਨਾ ਬੁਰਾ ਹਾਲ ਹੈ ਜੀ। ਜਿਵੇਂ ਰੋਡ, ਆਪਾਂ ਰੋਡ ਦਾ ਵੀ ਦੇਖ ਲਈਏ, ਰੋਡ ਬਾਰੇ ਜਿਵੇਂ ਕਿ ਸਰਕਾਰ ਬਿਲਕੁਲ ਸ਼ਰੇਆਮ ਪੈਸਾ ਧੱਕਾ ਕਰ ਰਹੀ ਹੈ ਮਾਫੀਆ ਧੱਕਾ ਹੈ ਜੀ, ਕਿ ਰੋਡ ਵੀ ਟੁੱਟੇ ਹੋਏ ਆ ਉਹਦੇ। ਤੁਸੀਂ ਕੀ, ਜਿਹੜਾ ਨਵੇਂ ਆਪਣੇ CM ਬਣੇ ਆ, ਮੁੱਖ ਮੰਤਰੀ ਬਣੇ ਆ, ਉਹਨੂੰ ਕੀ ਕਹਿਣਾ ਚਾਹੁੰਦੇ ਆ? ਬਸ ਜੀ ਅਸੀਂ ਇਹ, ਸਾਡੀ ਇਹੀ ਫਰਿਆਦ ਹੈ ਜੀ, ਆ ਰੋਡ ਠੀਕ ਕਰਨਾ ਅਤੇ ਆ ਗੁੰਡਾ ਰਾਜ ਹੈ ਇਹ ਖਤਮ ਕਰਨ ਜੀ। ਗੁੰਡਾ ਰਾਜ ਬਹੁਤ ਵੱਧ ਗਿਆ ਜੀ ਪਹਿਲੀ ਗੱਲ ਜੀ ਜੀ। ਜਨਾਬ ਮਤਲਬ ਹੁਣ 5 ਰੁਪਏ ਇਹਨਾਂ ਨੇ ਉਹ ਕੀਤਾ ਵਾ ਫੁੱਟ, ਅਤੇ ਉਹ 5 ਰੁਪਏ ਫੁੱਟ ਕੋਈ ਦੇ ਹੀ ਨਹੀਂ ਕਰਦਾ ਜੀ ਜੀ। ਅਗਲੇ ਕਹਿੰਦੇ ਅਸੀਂ ਆਪਣਾ ਰੇਟ ਲਾਉਣਾ 10 ਰੁਪਏ ਫੁੱਟ ਲਾਉਣਾ, 12 ਰੁਪਏ ਲਾਉਣਾ, 24 ਰੁਪਏ ਫੁੱਟ ਤੱਕ ਵੀ ਰੇਤਾ ਵਿਕਦਾ ਜੀ ਜੀ, 2400 ਰੁਪਏ ਸੈਂਕੜਾ ਜੀ ਜੀ। ਉੱਦਾਂ ਸੈਂਕੜਾ ਸਰਕਾਰ ਨੇ ਕਿਹਾ ਵਾ 500 ਰੁਪਏ ਸੈਂਕੜਾ ਜੀ, 1000 ਰੁਪਏ ਸੈਂਕੜਾ ਜੀ। ਕਿੱਥੇ ਰੇਟ ਹੈ ਜੀ? ਤੁਸੀਂ ਆਪ ਤੁਸੀਂ ਟਰੈਕਟਰ ਟਰਾਲੀ ਦਾ ਕੰਮ ਕਰਦੇ ਹੋ, ਤਾਂ ਤੁਸੀਂ ਪੜ੍ਹਾਈ ਕਿੰਨੀ ਕੀਤੀ ਆ? ਪੜ੍ਹਾਈ ਮੈਂ ਜੀ +2 ਕੀਤੀ। ਉਹ ਤੋਂ ਬਾਅਦ ਕੋਈ ਤੁਹਾਨੂੰ ਨੌਕਰੀ ਦਾ ਕੋਈ ਵੀ ਨਹੀਂ? ਤੁਸੀਂ ITI ਵੀ ਕੀਤੀ ਹੈ ਜੀ, ਉਹਦਾ ਕੋਈ ਨੌਕਰੀ ਨਹੀਂ ਮਿਲੀ? ਕੋਈ ਨੌਕਰੀ ਨਹੀਂ। ਜਿਵੇਂ ਕਿ ਸਾਡੀਆਂ ਸਰਕਾਰਾਂ ਅਪੀਲ ਕਰਦੀਆਂ ਤੇ ਕਹਿੰਦੀਆਂ ਵੀ ਨੌਕਰੀਆਂ ਦਵਾਂਗੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ, ਕੋਈ ਨੌਕਰੀ ਹੈ ਤੇ ਦੇਖ ਲਿਓ ਜੀ, ਮੱਖੀਆਂ ਤੋਂ ਵੀ ਜ਼ਿਆਦਾ ਟਰੈਕਟਰ ਹੈ ਜੀ ਇੱਥੇ ਦੇਖ ਲਿਓ ਜੀ, ਗਰੀਬ ਦੇ ਘਰੇ ਵੀ ਟਰੈਕਟਰ ਹੈ ਜੀ। ਹੁਣ ਜੇ ਕੁਛ ਤਾਂ ਕਰਨਾ ਹੈ ਜੀ, ਇਹ ਵੀ ਕਿਸ਼ਤਾਂ ਪਰ ਟਰੈਕਟਰ ਹਰੇਕ ਨੇ ਲੈ ਕੇ ਜੀ ਆਪਣਾ ਤੋਰਾ ਤੁਰਿਆ ਵਾ। ਦੇਖ ਸਕਦੇ ਹੋ ਕਿ ਅਨੰਦਪੁਰ ਦੇ ਵਿੱਚ ਜਿਹੜਾ ਰੋਇਲਟੀ ਵਾਲਿਆਂ ਦਾ ਕੰਡਾ, ਆਹ ਕੰਡਾ ਇਹਨਾਂ ਨੇ ਕੀਤਾ ਹੋਇਆ, ਅਤੇ ਇਹ ਕੰਟੇਨਰ ਰੱਖਿਆ ਹੋਇਆ ਜਿਹਦੇ ਪੱਕਾ, ਜਿਵੇਂ ਕਹਿੰਦੇ ਇੱਕ ਆਪਾਂ
ਪੱਕੇ ਬੈਠੇ ਹੈ ਉਦੋਂ ਤੱਕ ਗੱਡੀ ਪਾਸ ਨਹੀਂ ਹੋਣ ਦਿੰਦੇ, ਜਿਵੇਂ ਕਿ ਜਦੋਂ ਤੱਕ ਇਹਨਾਂ ਦੀ ਰੋਇਲਟੀ ਜਿਹੜੀ ਮਾਫੀਆ ਨੂੰ ਆਪਣੇ ਉਹਨਾਂ ਦੇ ਜਿਹੜੇ ਕੈਪਟਨ ਜੀ ਆ ਉਹਨਾਂ ਦੇ ਜਿਹੜੇ ਬੇਟਾ ਸਾਹਿਬ ਉਹਨਾਂ ਕੋਲ ਨਹੀਂ ਪਹੁੰਚ ਜਾਂਦੀ। ਇਹ ਕੰਡਾ ਕੀਤਾ ਹੋਇਆ ਇਹਨਾਂ ਨੇ, ਅਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਡੇ ਚੈਨਲ ਦੇ ਰਾਹੀਂ APN ਨਿਊਜ਼ ਦੇ ਰਾਹੀਂ ਇਹ ਕੰਡਾ ਆ, ਇਹ ਰੋਡ ਹੈ, ਇਹ ਏਰੀਆ ਬਿਲਕੁਲ ਤੁਸੀਂ ਦੇਖ ਸਕਦੇ ਹੋ। ਜਿਵੇਂ ਕਿ ਚੰਨੀ ਸਾਹਿਬ ਨੇ ਜਿਹੜੇ ਆਪਣੇ ਨਵੇਂ CM ਬਣੇ ਆ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਮਾਫੀਆ ਵੀ ਬੰਦ ਕੀਤਾ ਜਾਊਗਾ, ਜਿਹੜੀ ਆਮ ਲੋਕਾਂ ਨੂੰ ਜਿਹੜਾ ਬਿਲਕੁਲ ਘਰ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਬਿਲਕੁਲ ਲੈਸ ਰੇਟ 'ਤੇ ਪ੍ਰੋਵਾਈਡ ਕਰਵਾਈਆਂ ਜਾਣੀਆਂ, ਉਹਦੇ ਬਾਰੇ ਕੀ ਕਹਿਣਾ ਹੈ? ਬਿਲਕੁਲ ਨਾ ਹੋ ਵੀ ਨਹੀਂ ਰਹੀਆਂ, ਉਹ ਕੀ ਕਹਿਣਾ ਹੈ? ਫਿਲਹਾਲ ਤਾਂ ਉਹਨਾਂ ਨੇ ਕਹਿ ਦਿੱਤਾ ਜੀ ਹਲੇ ਲਾਗੂ ਕੁਛ ਨਹੀਂ ਹੋਇਆ ਜੀ, ਇੱਕੋ ਵਕਤ ਨਹੀਂ ਆਉਣ ਦੇ ਟਾਈਮ ਦਿਨ ਪ੍ਰਤੀ ਦਿਨ ਜਿਹੜੀ ਮਹਿੰਗਾਈ ਵੀ ਹੁੰਦੀ ਜਾਂਦੀ ਹੈ, ਪੈਟਰੋਲ ਦੇ ਭਾਅ ਵੱਧਦੇ ਜਾਂਦੇ ਆ। ਸਭ ਤੋਂ ਵੱਡੀ ਗੱਲ ਜਿਹੜੇ ਕ੍ਰੈਸ਼ਰ ਵਾਲੇ ਹੈ, ਜਿਵੇਂ ਕਿ ਇਹਨਾਂ ਨੂੰ ਬਹੁਤ ਮਹਿੰਗਾਈ ਦੀ, ਜਿਵੇਂ ਕਿ ਹੁਣ ਤੁਸੀਂ ਦੇਖ ਰਹੇ ਹੋ ਬਜਰੀ ਦਾ ਜਿਹੜਾ ਆ ਇਹ ਹੈਗਾ 22-23 ਰੁਪਏ ਜਿਹੜਾ ਬਣ ਬਜਰੀ ਦਿੱਤੀ ਜਾਂਦੀ ਹੈ, ਆਮ ਲੋਕ ਘਰ ਵੀ ਨਹੀਂ ਪਾ ਸਕਦੇ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਕੁਆਲਿਟੀ ਜ਼ਿਆਦਾ ਜੀ, ਕ੍ਰੈਸ਼ਰ ਵਾਲੇ ਨੂੰ ਵੀ ਖਰਚੇ ਬਹੁਤ ਹੈ, ਕ੍ਰੈਸ਼ਰ ਵਾਲੇ ਵੀ ਤੰਗ ਹੈ ਜੀ, ਕੁਆਲਿਟੀ 4.5 ਰੁਪਏ ਆ, ਬਚਦਾ ਕੁਛ ਹੈ ਨਹੀਂ ਜੀ, ਵਿਚਾਰੇ ਉਹਨਾਂ ਦੇ ਵੀ ਗਲੇ 'ਚ ਛਿਆਪਾ ਹੀ ਪਿਆ ਹੋਇਆ ਕਿ ਚਲੋ ਇੰਨੇ ਪੈਸੇ ਲਗਾਏ ਇੰਡਸਟਰੀ ਵੀ ਆ ਜੀ ਜੀ। ਜਿਵੇਂ ਕਿ ਇੱਕ ਮਾਫੀਆ ਦੀ ਗੱਲ ਕਰ ਲਈ ਆਪਾਂ ਜਿਹੜੇ ਖੜ੍ਹੇ ਨੇ, ਜਦੋਂ ਵੀ ਕੋਈ ਮੀਡੀਆ ਪੱਤਰਕਾਰ ਭਾਈਚਾਰੇ ਦੇ ਇੱਥੇ ਲੋਕਾਂ ਦੇ ਦੇਖ ਕੇ ਭੱਜ ਜਾਂਦੇ ਆ ਔਰ ਇਹ ਬਿਲਕੁਲ ਵੀ ਕੋਈ ਆਪਣੇ ਬਿਆਨ ਨਹੀਂ ਦਿੰਦੇ, ਲੇਕਿਨ ਤੁਹਾਡੇ ਕੋਲੋਂ ਇੱਥੇ ਕ੍ਰੈਸ਼ਰਾਂ ਵਾਲਿਆਂ ਕੋਲੋਂ ਇੱਥੇ ਪੈਸੇ ਵਸੂਲ ਕਰਦੇ ਆ ਕਿ ਇਹ ਉਸ ਟਾਈਮ ਖੜ੍ਹੇ ਹੁੰਦੇ ਆ, ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਤਾਂ ਉਹੀ ਦੱਸ ਸਕਣਗੇ ਜੀ। ਲਾਸਟ ਵਿੱਚ ਤੁਸੀਂ ਆਪਣੇ CM ਨੂੰ ਕੀ ਕਹਿਣਾ ਚਾਹੁੰਦੇ, ਜਿਹੜੀ ਮੌਜੂਦਾ ਸਰਕਾਰ ਹੈ, ਕਿ ਪੰਜਾਬ ਦੇ ਭਵਿੱਖ ਲਈ ਪੰਜਾਬ ਦੀ ਜਿਹੜੀ ਹੈਗੀ ਉਹਦੇ ਲਈ ਕੀ ਕਹਿਣਾ ਚਾਹੁੰਦੇ? ਪੰਜਾਬ ਦੇ ਭਵਿੱਖ ਲਈ ਠੀਕ ਹੈ ਜੀ, ਰੋਇਲਟੀ ਘਟਾਓ, ਰੇਟ ਘੱਟ ਮਿਲਣਗੇ ਬਾਕੀ ਜੀ। ਮਿਹਰਬਾਨੀ ਜੀ।